ए विशु की लेना ओ तो जल्दी आ जा आ जा। वो तो गिल्ले हो जाने, वो तो गिल्ले हो जाएंगे, गिल्ले ही हो गया। ये क्या था? A few moments later. बर्फ नु कहता भैया चल चल ये बार मच 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 लेटर। ਤਾਂ ਗਾਈਸ ਕਿੱਦਾਂ ਤੁਸੀਂ ਸਾਰੇ, ਆਈ ਹੋਪ ਤੁਸੀਂ ਸਾਰੇ ਵਧੀਆ ਹੋਣੇ ਨੇ। ਤਾਂ ਗਾਈਸ ਤੁਸੀਂ ਤਾਂ ਦੇਖ ਸਕਦੇ ਨੇ ਬਰਫ਼ ਪੈਂਦੀ ਵੀ, ਇਹ ਮੇਰੇ ਨਾਲ ਛੋਟਾ ਛੋਟਾ ਮੇਰਾ ਕੀ ਲੱਗਦਾ ਤੂੰ ਮੇਰਾ ਕੁਛ ਵੀ ਲੱਗੇ ਭਾਂਜਾ, ਹਾਂ ਭਾਂਜਾ ਮੂੰਹ 'ਚ ਬਰਫ਼ ਪੈ ਗਈ। ਹਾਂਜੀ ਗਾਈਸ ਤਾਂ ਮੈਂ ਕੀ ਕਹਿੰਦਾ ਸੀਗਾ, ਦੇਖੋ ਇੱਥੇ ਗਰਮੀਆਂ ਦੇ ਦਿਨ ਵੀ ਬਰਫ਼ ਪੈਂਦੀ ਪਈ, ਮੈਨੂੰ ਹਾਲੇ ਤੱਕ ਯਕੀਨ ਨਹੀਂ ਹੁੰਦਾ ਪਿਆ। ਮੈਂ ਕਿਹਾ ਚਲੋ ਗਰਮੀਆਂ ਦੀ ਤਾਂ ਗਰਮੀ ਰਹਿੰਦੀ ਪਰ ਇੱਥੇ ਬਰਫ਼ ਪੈ ਗਈ, ਜਿਹੜਾ ਤੁਸੀਂ ਦੇਖ ਸਕਦੇ ਨੇ। ਤੁਹਾਨੂੰ ਮੈਂ ਪੂਰਾ ਦਿਖਾਉਂਦਾ ਵੀਡੀਓ ਕਿੱਦਾਂ ਦਾ, ਮਤਲਬ ਇੱਥੇ ਮਾਹੌਲ ਹੈ। ਦੇਖੋ ਗਾਈਸ ਇਹਨੂੰ, ਇਹ ਦੇਖੋ ਪੂਰਾ ਸੀਨ। ਮੈਂ ਭਈਆ ਮਾਮੂ ਇਹ ਦੱਸ, ਮੈਂ ਭਈਆ ਮਾਮੂ ਰੱਖ ਕੇ ਜਲਦੀ ਬਾਹਰ ਜੀਜੂ ਕਹਿ ਦੇਣਾ। ਇਹ ਦੇਖੋ ਇਹ ਦੋਸਤ ਦੋਸਤ ਕਹਿ ਰਹਾ ਹੈ। ਇਹ ਦੇਖੋ ਬਰਫੀ ਬਰਫ, ਚਾਰੋ ਤਰਫ ਕੋਰਾ ਹੀ ਕੋਰਾ ਔਰ ਬਰਫੀ ਬਰਫ ਹੈ। ਗਾਇਸ ਮੈਂ ਤੁਹਾਨੂੰ ਦੱਸਾਂ ਮੈਂ ਕਿਸ ਕਰਕੇ ਖੁਸ਼ ਹਾਂ ਇੱਥੇ। ਮੈਂ ਖੁਸ਼ ਇਸ ਕਰਕੇ ਕਿ ਮੈਨੂੰ ਨਾ ਮੇਰਾ ਛੋਟੇ ਹੁੰਦੇ ਦੀ ਇੱਛਾ ਸੀਗੀ ਕਿ ਨਾ ਮੈਂ ਉਸ ਜਗ੍ਹਾ ਰਵਾਂ ਜਿੱਥੇ ਨਾ ਬਰਫ਼ ਜ਼ਿਆਦਾ ਪੈਂਦੀ ਹੋਵੇ, ਬਰਫ਼ ਵਾਲੇ ਏਰੀਆ 'ਚ ਰਵਾਂ। ਤਾਂ ਅੱਜ ਮਤਲਬ ਬਰਫ਼ ਪਈ ਇੱਥੇ ਐਡਮਿੰਟਨ, ਤਾਂ ਲੱਗਦਾ ਸੁਪਨੇ 'ਚ ਸੱਚ ਹੋ ਗਿਆ ਮੇਰਾ। ਹਾਏ ਪਰ ਠੰਡ ਬੜੀ ਲੱਗਦੀ ਪਈ, ਤੁਸੀਂ ਦੇਖ ਸਕਦੇ ਨੇ ਮੈਂ ਉਲਟਾ ਹੀ ਚੱਲਦਾ ਪਿਆ ਦੱਸ ਸਕਾਂ ਤੇ, ਕਿਉਂਕਿ ਮੇਰੇ ਮੂੰਹ 'ਤੇ ਬਰਫ਼ ਵੱਜਦੀ ਪਈ ਦਾ ਕੇ। ਹੋਰ ਕੀ ਕਰਨਾ, ਇਹ ਦੇਖੋ ਇਹ ਵੀ ਇੱਦਾਂ ਚੱਲਦਾ ਪਿਆ। ਸਿਰਫ ਅੱਧਾ ਘੰਟੇ ਸਲੋ ਫੋਨ ਹੋਈ, ਕੱਲੇ ਅੱਧੇ ਘੰਟੇ ਸਲੋ ਫੋਨ। ਇਹ ਦੇਖੋ ਬਾਕੀ ਤੁਸੀਂ ਰੈਸਟ ਆਫ ਦਾ ਰਿਜ਼ਲਟ ਦੇਖ ਹੀ ਲਵੋ, ਤੇਰੀ ਅੱਖਾਂ 'ਚ ਮੂੰਹ 'ਤੇ ਪੈਂਦਾ ਪਿਆ ਬਰਫ਼, ਸਿੱਧਾ ਉਲਟਾ ਹੀ ਆਉਣਾ ਪੈਣਾ ਫਿਰ ਤੋਂ। ਇਹ ਦੇਖੋ ਇਹ ਮਹਾਰਾਜ ਮਹਾਰਾਜ ਦੋਸਤ ਕਹਤੇ ਹੋਏ, ਇਹ ਉਠਾ ਹੋਏ ਐਸਾ ਔਰ ਇਹ ਮਾਰੋ ਇਸਕੇ। 5 ਮਿੰਟਸ ਲੇਟਰ। ਵਾਓ ਵਾਓ ਵਾਓ, ਬਰਫ਼ ਦੀ ਦੁਨੀਆ। ਤੈਨੂੰ ਮੈਂ ਕਿਹਾ ਫੋਟੋ ਖਿੱਚ ਤੇ ਖਰੀ, ਉਹ ਖਿੱਚੀ ਵੀ ਫੋਟੋ ਮੇਰੀ, ਤੇਰੀ ਫੋਟੋ ਖਰੀ ਆ ਗਈ। ਚੱਲ ਚੱਲੀਏ, ਤੇਰੀ ਮੈਂ ਟੋਪੀ ਲਾਣੀ ਭੁੱਲ ਗਿਆ, ਹੁਣ ਇੱਥੇ ਜੰਪ ਮਾਰ, ਜੰਪ ਮਾਰਨੀ ਪੜੇਗੀ ਤੇਰੀ ਉੱਚੀ। ਇਹ ਦੇਖਣਾ ਸੁਪਰ ਹੀਰੋ ਦਾ ਜੰਪ, ਪਹੁੰਚ ਗਿਆ ਮੈਂ ਵੀ ਪਹੁੰਚੂੰਗਾ। ਅਬ ਇਹ ਬਰਫ਼ ਜਾਏ ਕਾ ਵੀ ਸ਼ਾਂਕ ਵੇ। 15 minutes later. ਦੋਸਤੋ ਪੂਰਾ ਗਰਾਊਂਡ ਹੀ ਬਰਫ਼ ਸੇ ਭਰ ਗਿਆ ਹੈ, ਯਹਾਂ ਕਹਾਂ ਹਰਿਆਲੀ ਹੋਤੀ ਸੀ ਪੂਰਾ ਚਿੱਟਾ ਹੋ ਗਿਆ ਹੈ। ਇਹ ਤਾਂ ਮੁਝੇ ਲੱਗਦਾ ਹੈ ਬਲੈਕ ਸੇ ਵਾਈਟ ਬਣ ਜਾਏਗਾ ਇਸਕਾ, ਵੋ ਕਿਆ ਕਹਿੰਦੇ ਹੈ ਕਲੋਥ। ਦੋਸਤੋ ਕਰ ਰਹੀ ਹੈ ਦੋਸਤੋ, ਹਾਂ ਵਾਓ ਤੁਸੀਂ ਦੇਖ ਸਕਦੇ ਨੇ ਕਿੱਦਾਂ ਦਾ ਹੈਗਾ ਪੂਰਾ, ਮਤਲਬ ਯਾਰ ਮਜ਼ਾ ਹੀ ਆਉਂਦਾ ਵੀ ਦੇਖਣ 'ਚ, ਬੜਾ ਸਹੀ ਹੈ, ਨਹੀਂ ਕਹਿੰਦਾ ਮਾੜਾ ਹੈ, ਪਰ ਠੰਡ ਬੜੀ ਲੱਗਦੀ ਵੀ। ਓਏ ਇਹ ਦੋਸਤੋ ਕਰੀ ਅੱਤਾ ਹੈ, ਇਹ ਵੀ ਕਹਿੰਦੇ ਮਿੱਤਰੋਂ ਮੋਦੀ ਜੀ ਕਾ ਸਟਾਈਲ ਮਾਰ ਕੇ ਮਿੱਤਰੋਂ, ਅੱਜ ਯਹਾਂ ਪੇ ਬਰਫ਼ ਪੜੀ ਹੈ, ਨਹੀਂ ਇੱਦਾਂ ਹੀ ਕਰਦਾ ਉਹ। ਮਿੱਤਰੋਂ ਯਹਾਂ ਪੇ ਬਰਫ਼ ਪੜੀ ਹੈ ਐਡਮਿੰਟਨ ਮੇ, ਅਜੇ ਹਮ ਛਾਲ ਮਾਰਨੀ ਆ ਰਹੀ ਹੈ ਠੱਕ। ਇਹ ਮੇਰਾ ਪਲਾਨ ਹੈ, ਇਹ ਬਚ ਗਿਆ, ਆ ਮੇਰਾ ਪਲਾਨ ਦੇਖਣਾ ਬਹੁਤ ਸਕਸੈਸਫੁਲ ਜਾਏਗਾ। ਇਹ ਦੇਖਾ 1 hour later. ਖਿੱਚੀ ਫੋਟੋ ਖਿੱਚ ਫੋਟੋ, ਬਸ ਡਰ ਲੱਗਦੀ ਵੀ ਉਹ ਬੰਦ ਕਰ। ਗਾਇਸ ਫੋਟੋ ਖਿੱਚ ਲਈ ਹੈ, ਮੇਰਾ ਲੱਗਦਾ ਵੀਡੀਓ ਖਰਾਬ ਹੋ ਗਈ ਇੱਥੇ। ਏ ਭਈਆ ਮਾਮੂ ਲੱਗਦਾ ਤੇਰਾ ਮੈਂ, ਏ ਯਾਰ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਭਈਆ ਕਹਿਣਾ ਮਾਮੂ ਕਹਿਣਾ, ਚਲੋ ਛੱਡੋ। A few moments later. ਤਾਂ ਗਾਇਸ ਰੋਡ ਵੀ ਸਾਫ ਸੀਗਾ, ਪਰ ਹੁਣ ਰੋਡ ਵੀ ਪੂਰਾ ਬਰਫ਼ ਨਾਲ ਭਰਨ ਲੱਗਾ ਮੈਨੂੰ ਲੱਗਦਾ, ਤਾਂ ਛੇਤੀ ਕਾਰ ਪੁੱਛਣਾ ਪੈਣਾ, ਨਹੀਂ ਤਾਂ ਕੰਮ ਔਖਾ ਹੀ ਇੱਥੇ ਦਾ। ਉਹ ਦੇਖੋ ਇੱਥੇ ਗੱਡੀਆਂ ਜਾਂਦੀਆਂ ਵੀ ਹਲੇ ਵੀ, ਇੱਕ ਤਾਂ ਇਹ ਹੈ ਬੜੇ ਆਰਾਮ ਨਾਲ ਚੱਲਿਆ ਪਿਆ, ਬੜੇ ਆਰਾਮ ਨਾਲ, ਇਹਨੂੰ ਪਤਾ ਨਹੀਂ ਮੈਨੂੰ ਮਾਮੂ ਕਹਿਣਾ ਕੀ ਕਹਿਣਾ, ਭਾਜੀ ਕਹਿਣਾ, ਮਾਮੂ ਹਾਂ ਹੁਣ ਕਹਿਣਾ, ਸਹੀ ਪਹਿਲਾਂ ਭਈਆ ਕਹਿਤਾ ਥਾ। 5 ਮਿੰਟਸ ਲੇਟਰ। ਗਾਇਸ ਮੇਰੇ ਹੱਥ ਨੂੰ ਕੋਰਾ ਹੈ, ਇਹ ਬਸ ਦੇਖੋ ਪਿੱਛੇ ਆਉਂਦਾ ਪਿਆ, ਨਹੀਂ ਪਿੱਛੇ ਆਉਂਦਾ ਪਿਆ, ਇਹਨੇ ਮੈਂ ਨਾ ਪਤਾ ਲੈਣਾ। ਇਹ ਬੱਜੀ ਇਹ
much, much, much later. Minutes later. Ah, we enter. चाह देखो माइक्रोवेव च रखी हुई गर्म होली चाह पीनी पास में हूँ हाथ ठहर गए पूरे वो देखो ये देखो बाहरला माहौल later. तो गाइस फाइनली मैं अपने कार आ चुके हूँ का एंड गाइस आज एडमिंटन देख के मैंने ये पता चल गया है कि इत्थे दा वैदर पूरा अनप्रिडिक्टेबल है तो जब भी तुसी बाहर जाना होगी मतलब कि कैनेडा चो ग्लोसरी लैंड या फिर कोई वर्क करने लई तो प्लीज़ अपना मतलब कि जो भी मतलब फोन च डिटेल होंगी कि वैदर की वो चैक करके जाओ क्योंकि इत्थे दा वैदर पूरा अनप्रिडिक्टेबल है तुहानू पता ही चलूगा कदों इत्थे बारिश होने लग पूगी कदों इत्थे स्नोफॉल होने लग पूगी तो प्लीज़ मैं तुहानू यही रिकमेंड करूँगा एंड गाइस मैनू अज देख के मैनू इन्नी हैरानी होंगी भी एडमिंटन देख के क्योंकि देखा जाए तो वैंकूवर मॉन्ट्रियल टोरंटो ब्रम्पटन इतने मतलब स्नोफॉल हुई नहीं कल्ली एडमिंटन कैलगरी च हुई नाले यार एक गल की होर हैरानी है कि मई महीने क्यों इस महीने तो भरावा गर्मी होनी चाहिए ना बाकी रब जाने की मतलब कहते बहुत है ये स्नोफॉल चलो छोड़ो इस गल तो गाइस अज मैं सोचा कि चलो स्नोफॉल पैंती पी तो अपने पांच जना बाहर चल जाता खेलन नाले ब्लॉग भी बना लगता जो बाहर जाता पे तो गाइस जे तुहानू ये ब्लॉग वधिया लगे तो प्लीज़ इस मेरे ब्लॉग नू मैं ब्लॉग कहिंदा वीडियो नू लाइक कर दियो चैनल सबसक्राइब एंड बैल आइकन दबाना ना भुलियो तो कि तुहानू डेली डेली नोटिफिकेशन मेरी हर एक वीडियो की मिलती रहे सो इन द एंड गाइस थैंक्स फॉर वॉचिंग दिस वीडियो एंड बाय बाय.